ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਅਤੇ ਅਨੁਭਵ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਸੀ ਤੁਹਾਨੂੰ ਮੈਥ ਦੀ ਤਿਆਰੀ ਜਿਹੜੀ ਉਹ ਪੰਜਾਬੀ ਵਿੱਚ ਕਰਵਾ ਰਹੇ ਹਾਂ, ਇਸੇ ਸੰਬੰਧੀ ਚੈਨਲ 'ਤੇ ਪਲੇਲਿਸਟ ਬਣੀ ਹੋਈ ਹੈ। ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਉਸਦਾ ਲਿੰਕ ਮਿਲ ਜਾਵੇਗਾ, ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਉਸਦਾ ਲਿੰਕ ਮਿਲ ਜਾਵੇਗਾ। ਇਹ ਸਾਰੀਆਂ ਵੀਡੀਓਜ਼ ਦੇਖ ਕੇ ਤੁਸੀਂ ਆਪਣੀ ਮੈਥ ਦੀ ਜਿਹੜੀ ਤਿਆਰੀ ਉਹ ਚੰਗੀ ਤਰ੍ਹਾਂ ਕਰ ਸਕੋ। ਇਹ ਮੈਥ ਤੁਹਾਨੂੰ ਇਕੱਲਾ ਜੀਰੋ ਵਾਰਡਨ ਦੇ ਐਗਜ਼ਾਮ ਦੇ ਲਈ ਹੀ ਨਹੀਂ, ਪੰਜਾਬ ਪੁਲਿਸ, ਪੰਜਾਬ ਪਟਵਾਰੀ ਜਾਂ ਹੋਰ ਜਿੰਨੇ ਵੀ ਪੰਜਾਬ ਸਰਕਾਰ ਦੇ ਐਗਜ਼ਾਮ ਆਉਣੇ ਹਨ ਉਹਨਾਂ ਸਾਰਿਆਂ ਵਿੱਚ ਮੈਥ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਵੀਡੀਓ ਸੀਰੀਜ਼ ਰਾਹੀਂ ਕਵਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਲ੍ਹ ਵਾਰਡ ਦੇ ਐਗਜ਼ਾਮ ਵਿੱਚ ਕੰਪਿਊਟਰ ਜਿਹਦਾ ਸਭ ਤੋਂ ਵੱਧ ਸਿਲੇਬਸ ਆਉਣਾ ਉਸਦੀ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ, ਉੱਥੋਂ ਤੁਸੀਂ ਦੇਖ ਕੇ ਆਪਣੇ 20 ਨੰਬਰ ਜਿਹੜੇ ਉਹ ਪੱਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀਕੇ ਦੀ ਸੀਰੀਜ਼ ਵੀ ਅਲੱਗ ਤੋਂ ਬਣੀ ਹੋਈ ਹੈ। ਸਾਰੀਆਂ ਸੀਰੀਜ਼ਾਂ ਦੇ ਜਿਹੜੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ, ਵੀਡੀਓ ਦੇ ਐਂਡ ਵਿੱਚ ਵੀ ਉਸਦੇ ਲਿੂੰਕ ਹੋਣਗੇ ਜਾਂ ਉੱਪਰ ਆਈ ਬਟਨ ਉੱਤੇ ਵੀ ਤੁਹਾਨੂੰ ਲਿੰਕ ਇਹ ਮਿਲ ਜਾਣਗੇ। ਇਹਨਾਂ ਸਾਰੀਆਂ ਸੀਰੀਜ਼ਾਂ ਨੂੰ ਦੇਖਦੇ ਹੋਏ ਆਪਣੀ ਟੌਪਿਕ ਵਾਈਜ਼ ਜਿਹੜੀ ਸਿਲੇਬਸ ਮੁਤਾਬਕ ਤੁਸੀਂ ਤਿਆਰੀ ਕਰ ਸਕਦੇ ਹੋ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ। ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਲਓ, ਜਿੱਥੋਂ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਹੋਰ ਵੀ ਚੰਗੀ ਤਰ੍ਹਾਂ ਕਰ ਸਕਦੇ ਹੋ। ਚਲੋ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀਗਾ, ਕੁਝ ਕੁ ਆਪਾਂ ਫਾਰਮੂਲੇਸ ਕੀਤੇ ਸੀਗੇ, ਲਾਈਕ ਜਿਵੇਂ ਏ ਪਲੱਸ ਬੀ ਦਾ ਹੋਲ ਸਕੇਅਰ ਇਜ਼ ਇਕੁਅਲ ਟੂ ਏ ਸਕੇਅਰ ਪਲੱਸ ਬੀ ਸਕੇਅਰ ਪਲੱਸ ਟੂ ਏ ਬੀ। ਠੀਕ ਹੈ, ਏ ਮਾਈਨਸ ਬੀ ਦਾ ਹੋਲ ਸਕੇਅਰ ਇਜ਼ ਇਕੁਅਲ ਟੂ ਏ ਸਕੇਅਰ ਪਲੱਸ ਬੀ ਸਕੇਅਰ ਮਾਈਨਸ ਟੂ ਏ ਬੀ। ਇਹ ਸਾਰਿਆਂ ਨੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਰਿਵਾਈਜ਼ ਕਰਤਾ ਅਤੇ ਸਾਰਿਆਂ ਨੇ ਪੱਕਾ ਲਰਨ ਕਰਨੇ ਹੈਗੇ ਫਾਰਮੂਲੇ, ਤਾਂ ਇਹ ਫਾਰਮੂਲੇਸ ਬਹੁਤ ਇੰਪੋਰਟੈਂਟ ਹੈਗੇ ਆ। ਠੀਕ ਹੈ, ਇਹਦੇ ਬੇਸਿਸ 'ਤੇ ਐਗਜ਼ਾਮਸ ਦੇ ਵਿੱਚ ਬਹੁਤ ਸਮ ਆਉਂਦੇ ਹੈਗੇ ਆ। ਠੀਕ ਹੈ, ਅਤੇ ਅੱਜ ਜੋ ਆਪਾਂ ਸਮ ਕਰਾਂਗੇ ਉਹ ਵੀ ਇਹਨਾਂ ਦੇ ਬੇਸਿਸ 'ਤੇ ਕੁਛ ਟਰਾਈ ਕਰਾਂਗੇ। ਜੋ ਆਪਣਾ ਨੈਕਸਟ ਸਮ ਹੈਗਾ ਗਾ, ਇਹਦੇ ਵਿੱਚ ਆਪਾਂ ਨੂੰ ਕੁਛ ਕੁ ਨੰਬਰਸ ਦਿੱਤੇ ਹੋਏ ਹੈਗੇ ਅਤੇ ਪੁੱਛਿਆ ਗਿਆ ਹੈਗਾ ਵੀ ਇਸ ਦਾ ਆਪਾਂ ਨੂੰ ਕੀ ਹੈ ਵੈਲਿਊ ਫਾਈਂਡ ਕਰਨੀ ਹੈ, ਇਹਨਾਂ ਨੂੰ ਸੋਲਵ ਕਰਕੇ ਵੈਲਿਊ ਫਾਈਂਡ ਕਰਨੀ ਹੈਗੀ। ਜੇ ਆਪਾਂ ਇਹਨਾਂ ਦੀ ਸਿੱਧੀ ਵੈਲਿਊ ਫਾਈਂਡ ਕਰਾਂਗੇ ਇਹਨੂੰ ਮਾਈਨਸ ਪਲੱਸ ਵਗੈਰਾ ਕਰਕੇ, ਠੀਕ ਹੈ, ਤਾਂ ਇਹ ਬਹੁਤ ਜ਼ਿਆਦਾ ਲੈਂਦੀ ਬਣ ਜਾਏਗਾ ਅਤੇ ਜਿਸ ਨਾਲ ਆਪਣਾ ਪੇਪਰ ਦੇ ਵਿੱਚ ਟਾਈਮ ਬਹੁਤ ਖਰਾਬ ਹੋਏਗਾ। ਜਿਵੇਂ ਵੀ ਤੁਹਾਨੂੰ ਕੱਲ੍ਹ ਪਰਸੋਂ ਨੋਟੀਫਿਕੇਸ਼ਨ ਆਇਆ ਹੀ ਹੈਗਾ ਗਾ ਜੇਲ੍ਹ ਵਾਰਡਨ ਦੇ ਪੇਪਰ ਦਾ, ਉਸ 'ਤੇ ਆਪਾਂ ਨੇ 120 ਕੁਸ਼ਚਨ 100 ਮਿੰਟ ਦੇ ਵਿੱਚ ਕਵਰ ਕਰਨੇ ਆ। 100 ਮਿੰਟ, ਤਾਂ ਇੱਕ ਕੁਸ਼ਚਨ ਦੇ ਪਿੱਛੇ 1 ਮਿੰਟ ਤੋਂ ਵੀ ਘੱਟ ਦਾ ਟਾਈਮ ਹੈਗਾ, ਤਾਂ ਆਪਾਂ ਨੂੰ ਬਹੁਤ ਜਲਦੀ ਜਲਦੀ ਕੁਸ਼ਚਨਸ ਨੂੰ ਸੋਲਵ ਕਰਨਾ ਹੋਏਗਾ। ਤਾਂ ਇਹਦੇ ਲਈ ਕੁਝ ਕੁ ਫਾਰਮੂਲੇਜ਼ ਹੈਗੇ ਆ ਜਿਨ੍ਹਾਂ ਨਾਲ ਇਹਨਾਂ ਨੂੰ ਜਲਦੀ ਸੋਲਵ ਕੀਤਾ ਜਾ ਸਕਦਾ ਹੈਗਾ। ਤਾਂ ਆਪਾਂ ਦੇਖਦੇ ਹਾਂ ਇਹਨੇ ਆਪਸ਼ਨ ਤੁਹਾਡੇ ਕੋਲ ਹੈਗੀਆਂ 793, 169, 793 ਬਾਏ 169 ਜਾਂ ਨਨ ਆਫ ਦੀਸ। ਚਲੋ ਆਪਾਂ ਅੱਗੇ ਸਲਿਊਸ਼ਨ ਵੇਖਦੇ ਹੈਗੇ ਇਸ ਤਾਂ। ਇਸ 'ਚ ਆਪਾਂ ਨੇ ਕੀ ਕਰ ਲਿਆ, ਆਪਾਂ ਨੇ ਲੈਟ ਕਰ ਲਿਆ ਵੀ ਜੋ ਆਪਣੇ ਕੋਲ ਏ ਹੈਗਾ ਗਾ ਉਹ 931 ਹੈਗਾ ਅਤੇ ਬੀ 138 ਹੈ। ਕੁਸ਼ਚਨ ਦੇ ਵਿੱਚ ਜਿਹੜੀਆਂ ਟਰਮਸ ਦਿੱਤੀਆਂ ਵੀ ਅਸੀਂ ਉਹ ਆਪਾਂ ਨੇ ਦੋਨੇ ਲੈਟ ਕਰ ਲਈਆਂ। ਠੀਕ ਹੈ, ਅਤੇ ਬਾਅਦ 'ਚੋਂ ਆਪਾਂ ਨੇ ਕੀ ਹੈ ਜਿੱਥੇ ਜਿੱਥੇ ਆਪਣੇ ਕੋਲ 931 ਸੀ ਉੱਥੇ ਉੱਥੇ ਏ ਪੁੱਟ ਕਰਤਾ, ਜਿੱਥੇ ਜਿੱਥੇ 138 ਸੀ ਉੱਥੇ ਉੱਥੇ ਆਪਾਂ ਨੇ ਬੀ ਪੁੱਟ ਕਰਤਾ। ਠੀਕ ਹੈ, ਨੈਕਸਟ ਸਟੈਪ ਦੇ ਵਿੱਚ ਜਦੋਂ ਹੁਣ ਆਪਾਂ ਪਿੱਛੇ ਜਿਹੜੇ ਫਾਰਮੂਲੇਸ ਪੜ੍ਹੇ ਹੈਗੇ, ਹੁਣ ਆਪਣੇ ਕੋਲ ਕੀ ਸੀਗਾ ਇੱਥੇ ਏ ਪਲੱਸ ਬੀ ਦਾ ਹੋਲ ਸਕੇਅਰ ਸੀ ਅਤੇ ਏ ਮਾਈਨਸ ਬੀ ਦਾ ਹੋਲ ਸਕੇਅਰ ਸੀ। ਫਿਰ ਆਪਾਂ ਨੇ ਅੱਗੇ ਇਹਨਾਂ ਦਾ ਫੋਰਮੂਲਾ ਖੋਲ੍ਹਤਾ ਜਿਹੜਾ ਆਪਾਂ ਪਿੱਛੇ ਪੜਿਆ ਹੈਗਾ। ਠੀਕ ਹੈ, ਅਤੇ ਥੱਲੇ ਏ ਇੰਟੂ ਏ ਕਰਾਂਗੇ ਤਾਂ ਉਹ ਏ ਸਕੇਅਰ ਬਣ ਜੂ, ਬੀ ਇੰਟੂ ਬੀ ਕਰਾਂਗੇ ਤਾਂ ਬੀ ਸਕੇਅਰ ਬਣ ਜੂਗਾ। ਠੀਕ ਹੈ, ਕੁਛ ਨਹੀਂ ਕੀਤਾ ਹੈਗਾ। ਹੁਣ ਅੱਗੇ ਕੀ ਕੀਤਾ ਹੈਗਾ, ਉੱਪਰ ਵਾਲੇ ਸਟੈਪ ਦੇ ਵਿੱਚ ਦੇਖੋ, 2AB ਮਾਈਨਸ 2AB ਦੋਨੇ ਇੱਕ ਦੂਜੇ ਨਾਲ ਕੀ ਹੋ ਜਾਣਗੇ, ਕੈਂਸਲ ਹੋ ਜਾਣਗੇ, ਤਾਂ ਪਿੱਛੇ ਏ ਸਕੇਅਰ ਪਲੱਸ ਏ ਸਕੇਅਰ ਕੀ ਬਣ ਜੂਗਾ, 2A² ਬੀ ਸਕੇਅਰ ਪਲੱਸ ਬੀ ਸਕੇਅਰ ਕੀ ਬਣ ਜੂਗਾ, 2B². ਠੀਕ ਹੈ, ਥੱਲੇ ਏ ਸਕੇਅਰ ਪਲੱਸ ਬੀ ਸਕੇਅਰ ਉਹ ਉਵੇਂ ਪਿਆ ਹੈਗਾ। ਠੀਕ ਹੈ, ਆ ਉੱਪਰ ਵਾਲੇ 'ਚੋਂ ਆਪਾਂ ਨੇ 2 ਕੋਮਨ ਕੱਢ ਲਿਆ, ਦੋਵੇਂ ਇੱਕ ਦੂਜੇ ਨਾਲ ਕੈਂਸਲ ਹੋ ਗਏ, ਉੱਪਰ ਨੀਚੇ ਤਾਂ ਆਪਣੇ ਕੋਲ ਫਾਈਨਲ ਆਨਸਰ ਜਿਹੜਾ 2 ਸੀਗਾ ਉਹ ਆ ਗਿਆ। ਠੀਕ ਹੈ, ਹੁਣ 2 ਆਪਾਂ ਨੂੰ ਆਪਸ਼ਨ ਦੇ ਵਿੱਚ ਕਿਤੇ ਨਹੀਂ ਦਿਖ ਰਿਹਾ ਹੈਗਾ, ਤਾਂ ਆਪਣੇ ਕੋਲ 4th ਆਪਸ਼ਨ ਨਨ ਆਫ ਦੀਸ ਇਜ਼ ਦਾ ਕਰੈਕਟ ਆਨਸਰ। ਠੀਕ ਹੈ, ਚਲੋ ਆਪਾਂ ਸੈਕਿੰਡ ਕੁਸ਼ਚਨ ਦੇ ਮੂਵ ਕਰਦੇ ਹਾਂ। ਸੈਕਿੰਡ ਕੁਸ਼ਚਨ ਦੇ ਵਿੱਚ ਵੀ ਇਹਨਾਂ ਨੇ ਕੁਛ ਕੁ ਨੰਬਰ ਦਿੱਤੇ ਆਪਾਂ ਨੂੰ, ਐਂਡ ਉਹਨਾਂ ਨੇ ਕਿਹਾ ਹੈਗਾ ਉਸਦਾ ਵੈਲਿਊ ਫਾਈਂਡ ਕਰਕੇ ਦਿਖਾਓ, ਮਲਟੀਪਲਾਈ ਵਗੈਰਾ ਜਿਹੜਾ ਵੀ ਕੁਛ ਕਰਕੇ, ਬਟ ਮੈਂ ਤੁਹਾਨੂੰ ਕਿਹਾ ਹੈਗਾ ਇਸ ਤੋਂ ਆਪਾਂ ਸ਼ੋਰਟ ਟ੍ਰਿਕਸ ਵੇਖਣੀਆਂ ਹੈਗੀਆਂ। ਠੀਕ ਹੈ, ਸਿੱਧਾ ਆਪਾਂ ਨੇ ਮਲਟੀਪਲਾਈ ਜਾਂ ਪਲੱਸ ਵਗੈਰਾ ਨਹੀਂ ਕਰਨਾ, ਕਿਉਂਕਿ ਉਸ 'ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ ਮਲਟੀਪਲਾਈ ਵਗੈਰਾ ਕਰਨ 'ਤੇ। ਇਹਦੇ ਆਪਸ਼ਨ ਦੇਖ ਲਓ, 2500, 3160, 3500, 3600। ਠੀਕ ਹੈ, ਅੱਗੇ ਆਪਾਂ ਦੇਖਦੇ ਹੈਗੇ ਹਾਂ ਇਹਦਾ ਸਲਿਊਸ਼ਨ। ਆਪਾਂ ਇਸ 'ਚ ਵੀ ਉਵੇਂ ਕੀਤਾ, ਲੈਟ ਜਿਹੜਾ ਫਸਟ ਨੰਬਰ ਸੀ 465 ਉਹਨੂੰ ਆਪਾਂ ਨੇ ਕੀ ਕਰ ਲਿਆ, ਬੀ ਲੈਟ ਕਰ ਏ ਲੈਟ ਕਰ ਲਿਆ। ਠੀਕ ਹੈ, ਜੋ ਆਪਣੇ ਕੋਲ ਫਸਟ ਨੰਬਰ ਸੀਗਾ ਉਹਨੂੰ ਆਪਾਂ ਨੇ ਏ ਲੈਟ ਕਰ ਲਿਆ, ਅਤੇ ਜਿਹੜਾ 415 ਸੀ ਉਹਨੂੰ ਆਪਾਂ ਨੇ ਬੀ ਲੈਟ ਕਰ ਲਿਆ। ਠੀਕ ਹੈ, ਉਸ ਤੋਂ ਅੱਗੇ ਉਸ 'ਚ ਪੁੱਟ ਕਰਤਾ, ਜਿੱਥੇ ਇੱਥੇ ਆਪਣੇ ਕੋਲ 465 ਸੀ ਉੱਥੇ ਉੱਥੇ ਏ ਪੁੱਟ ਕਰਤਾ, 415 ਜਗ੍ਹਾ 'ਤੇ ਬੀ ਪੁੱਟ ਕਰਤਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ, ਇਸ ਦਾ ਫੋਰਮੂਲਾ ਖੋਲ੍ਹ ਲਿਆ।
ਏ ਪਲੱਸ ਬੀ ਦੇ ਹੋਲ ਸਕੇਅਰ ਦਾ ਜਿਹੜਾ ਆਪਾਂ ਪਿੱਛੇ ਫੋਰਮੂਲਾ ਪੜਿਆ ਨਾ ਸਟਾਰਟਿੰਗ ਦੇ, ਉਹ ਤੁਹਾਨੂੰ ਫੋਰਮੂਲੇ ਸਿਰਫ ਸਟਾਰਟਿੰਗ ਦੇ ਤਾਂ ਹੀ ਪੜ੍ਹਾਏ ਸੀ ਤਾਂ ਕਰਕੇ ਵੀ ਉਹਦੇ ਨਾਲ ਆਪਾਂ ਸਮ ਸੋਲਵ ਕਰ ਸਕੀਏ। ਤਾਂ ਉਹ ਫੋਰਮੂਲਾ ਖੋਲਤਾ ਤਾਂ ਆਪਣੇ ਕੋਲ ਕੀ ਬਣ ਗਿਆ, ਏ ਸਕੇਅਰ ਪਲੱਸ ਬੀ ਸਕੇਅਰ ਪਲੱਸ 2AB ਅਤੇ ਮਾਈਨਸ 4AB ਆਪਣੇ ਕੋਲ ਹੈਗਾ ਹੀ ਸੀਗਾ। ਠੀਕ ਹੈ, ਅੱਗੇ ਹੁਣ ਕੀ ਕੀਤਾ ਹੈਗਾ, ਜਿਹੜਾ ਆਪਣੇ ਕੋਲ ਇੱਥੇ ਆਹ ਚੀਜ਼ ਨੂੰ ਸੋਲਵ ਕੀਤਾ ਹੈਗਾ। ਠੀਕ ਹੈ, ਹੁਣ ਆਪਣੇ ਕੋਲ ਮਾਈਨਸ 4 ਹੈ ਅਤੇ ਪਲੱਸ 2 ਹੈਗਾ ਗਾ, ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਆਂਸਰ ਕੀ ਆਏਗਾ, ਮਾਈਨਸ 2। ਤਾਂ ਬਸ ਪਿੱਛੇ AB ਲਗਾ ਦਿਓ ਇਹਨਾਂ ਸਾਰਿਆਂ ਦੇ। ਠੀਕ ਹੈ, ਉਹੀ ਚੀਜ਼ ਆਪਾਂ ਨੇ ਇੱਥੇ ਸੋਲਵ ਕੀਤੀ ਹੈਗੀ ਹੈ। ਜਦੋਂ ਇਹ ਚੀਜ਼ ਆ ਗਈ ਤਾਂ ਇਹ ਆਪਣੇ ਕੋਲ ਕਿਹਦਾ ਫੋਰਮੂਲਾ ਹੁੰਦਾ ਹੈਗਾ, ਏ ਪਲੱਸ ਏ ਮਾਈਨਸ ਬੀ ਦੇ ਹੋਲ ਸਕੇਅਰ ਦਾ ਫੋਰਮੂਲਾ ਹੁੰਦਾ, ਏ ਮਾਈਨਸ ਬੀ ਹੋਲ ਸਕੇਅਰ ਦਾ ਫੋਰਮੂਲਾ ਹੁੰਦਾ। ਹੁਣ ਕੀ ਕਰਾਂਗੇ ਆਪਾਂ ਕਿ ਇਹਨਾਂ ਦੇ ਵਿੱਚ ਵੈਲਿਊਸ ਫਿਰ ਪੁੱਟ ਕਰ ਦਾਂਗੇ, ਜਿਵੇਂ 400 ਏ ਦੀ ਜਗ੍ਹਾ 'ਤੇ 465, ਬੀ ਦੀ ਜਗ੍ਹਾ 'ਤੇ 415। ਤਾਂ ਇਹਨਾਂ ਨੂੰ ਮਾਈਨਸ ਕਰਾਂਗੇ ਕਿੰਨਾ ਆ ਜਾਏਗਾ, ਮਾਈਨਸ ਕਰੇ ਤੋਂ ਬਾਅਦ ਕਿੰਨਾ ਆ ਜਾਏਗਾ, ਇਹਨਾਂ ਨੂੰ 50 ਆ ਜਾਏਗਾ, 50 ਦਾ ਸਕੇਅਰ ਕਰਾਂਗੇ ਕਿੰਨਾ ਬਣਦਾ ਹੈਗਾ, 2500, ਜੋ ਕਿ ਆਪਣੀ ਫਸਟ ਆਪਸ਼ਨ ਜਿਹੜੀ ਹੈਗੀ ਹੈ, ਇਸ 'ਚ ਫਸਟ ਜਿਹੜੀ ਆਪਸ਼ਨ ਹੈਗੀ ਉਹ ਕੀ ਹੈਗੀ ਹੈ ਆਪਣੇ ਕੋਲ ਕਰੈਕਟ ਹੈਗੀ ਹੈ। ਠੀਕ ਹੈ, ਚਲੋ ਆਪਾਂ ਥਰਡ ਕੁਐਸਚਨ 'ਤੇ ਮੂਵ ਕਰਦੇ ਹੈਗੇ ਹਾਂ। ਥਰਡ ਕੁਐਸਚਨ ਦੇ ਵਿੱਚ ਇਹਨਾਂ ਨੇ ਪੁੱਛਿਆ ਹੈਗਾ 1904 × 1904। ਹੁਣ ਤੁਸੀਂ ਸਿੱਧੀ ਮਲਟੀਪਲਾਈ ਕਰੋਗੇ, ਲੈਂਦੀ ਹੋ ਜੂਗਾ, ਤੁਹਾਨੂੰ ਕਿਹਾ ਹੈਗਾ ਸ਼ੋਰਟ ਟ੍ਰਿਕਸ ਕਰਾਂਗੇ ਆਪਾਂ। ਅੱਗੇ ਇਸ ਦੀਆਂ ਆਉਣਗੀਆਂ ਆਪਸ਼ਨਸ, ਆਪਸ਼ਨਸ ਦੇਖੋ। ਠੀਕ ਹੈ, ਆਪਸ਼ਨਸ ਨਨ ਆਫ ਦੀਜ਼ ਵੀ ਹੈਗਾ ਇਸ 'ਚ। ਫਸਟ ਵੇਖੋ ਇਹਨਾਂ ਨੂੰ ਕੀ ਕਰਾਂਗੇ, 1904 ਨੂੰ ਆਪਾਂ 1900 + 4 ਲਿਖ ਸਕਦੇ ਹਾਂ ਦੋਵੇਂ ਜਗ੍ਹਾ 'ਤੇ। ਠੀਕ ਹੈ, ਲਿਖ ਲਿਆ। ਹੁਣ ਇਹ ਦੋ ਵਾਰ 1900 + 4 1900 + 4 ਹੈ, ਤਾਂ ਆਪਾਂ ਇਹਦਾ ਸਕੇਅਰ ਲਿਖ ਸਕਦੇ ਹਾਂ, ਲਿਖ ਲਿਆ। ਉਸ ਤੋਂ ਬਾਅਦ ਕੀ ਕਰਾਂਗੇ, ਹੁਣ ਇਸ 'ਤੇ ਫੋਰਮੂਲਾ ਲਗਾਵਾਂਗੇ, ਏ ਪਲੱਸ ਬੀ ਦਾ ਹੋਲ ਸਕੇਅਰ, ਪਹਿਲੇ ਦਾ ਸਕੇਅਰ ਜਿਵੇਂ 1900 ਦਾ ਸਕੇਅਰ ਇੰਨਾ ਆ ਗਿਆ, 4 ਦਾ ਸਕੇਅਰ 16 ਪਲੱਸ 2 ਏ, ਏ 1900 ਹੋ ਗਿਆ ਅਤੇ 4 B ਹੋ ਗਿਆ। ਠੀਕ ਹੈ, ਇਹ ਜਿਹੜਾ ਫੋਰਮੂਲਾ ਪੜਿਆ ਸੀ ਨਾ ਪਿੱਛੇ ਆਪਾਂ ਨੇ, ਏ ਪਲੱਸ ਬੀ ਦਾ ਹੋਲ ਸਕੇਅਰ ਏ ਸਕੇਅਰ ਬੀ ਸਕੇਅਰ ਪਲੱਸ 2 AB। ਠੀਕ ਹੈ, ਹੁਣ ਆਪਾਂ ਕੀ ਕਰਾਂਗੇ, ਇਹਨੂੰ ਇਹਦੇ ਵਿੱਚ ਐਡ ਕਰਾਂਗੇ, ਜਿਹੜਾ 16 ਹੈਗਾ ਉਹਨੂੰ ਅੱਗੇ 361 ਜਿਹੜਾ ਬਣਿਆਗਾ ਅਤੇ ਪਿੱਛੇ 4 0 ਆ ਉਹਨੂੰ ਵਿੱਚ 16 ਨੂੰ ਐਡ ਕਰ ਦਾਂਗੇ, ਇਹਨਾਂ ਦੀ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਬਣ ਜਾਊਗਾ 15,200। ਸੋਰੀ 2 ਮਿੰਟ। ਹਾਂ, ਜਦੋਂ ਆਪਾਂ ਆਹ ਸਾਰੇ ਟਰਮ ਦੀ ਮਲਟੀਪਲਾਈ ਕਰਾਂਗੇ ਤਾਂ ਉਦੋਂ ਆਪਣੇ ਕੋਲ ਬਣ ਜਾਊਗਾ 15,200। ਠੀਕ ਹੈ, ਅਤੇ ਜਦੋਂ ਆਪਾਂ ਨੂੰ ਇਹਨਾਂ ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਂਸਰ ਆ ਜਾਊਗਾ, 36,25,216। 36,25,000 ਜਿਹੜੀ ਸੈਕਿੰਡ ਆਪਸ਼ਨ ਹੈਗੀ ਆ ਆਪਣੇ ਕੋਲ ਕਰੈਕਟ ਹੈਗੀ ਹੈ, ਸੈਕਿੰਡ ਆਪਸ਼ਨ ਇਜ਼ ਦਾ ਕਰੈਕਟ ਆਂਸਰ। ਠੀਕ ਹੈ, ਚਲੋ ਫੋਰਥ ਕੁਐਸਚਨ 'ਤੇ ਮੂਵ ਕਰਦੇ ਹਾਂਗੇ ਅੱਗੇ। ਇਹਦੇ ਵਿੱਚ ਵੀ ਕੀ ਹੈ, 1397 × 1397 ਇਹਨਾਂ ਦਾ ਮਲਟੀਪਲਾਈ ਫਾਈਨ ਕਰਨਾ ਹੈਗਾ। ਠੀਕ ਹੈ, ਇਸ 'ਚ ਵੀ ਆਪਾਂ ਸੇਮ ਫੋਰਮੂਲਾ ਲਗਾਵਾਂਗੇ, ਪਹਿਲਾਂ ਆਪਸ਼ਨ ਦੇਖ ਲਓ ਇਹਨਾਂ ਦੀਆਂ ਆਪਸ਼ਨਸ ਕੀ ਹੈਗੀਆਂ। ਠੀਕ ਹੈ, ਵਿੱਚ ਨਨ ਆਫ ਦੀਜ਼ ਵੀ ਹੈਗਾ ਗਾ। ਹੁਣ ਇਸ ਨੂੰ ਆਪਾਂ ਉਹ ਪਹਿਲਾਂ ਵਾਲੇ ਕੁਐਸਚਨ ਨੂੰ ਕਿਵੇਂ ਲਿਖਿਆ ਸੀ, 1400 + 4 ਲਿਖਿਆ ਸੀ ਨਾ, ਹੁਣ ਇਹਨੂੰ 1400 - 3 ਲਿਖ ਸਕਦੇ ਹੈਗੇ, ਇਹਨੂੰ 1400 - 3 ਲਿਖ ਸਕਦੇ ਹਾਂ, ਦੋ ਵਾਰ ਹੈ ਤਾਂ ਸਕੇਅਰ ਹੋ ਜਾਏਗਾ। ਠੀਕ ਹੈ, ਦੈਨ ਉਸ ਤੋਂ ਬਾਅਦ ਇਸ ਦਾ ਫੋਰਮੂਲਾ ਖੋਲ ਦਾਂਗੇ, ਏ ਮਾਈਨਸ ਬੀ ਦਾ ਜਿਹੜਾ ਹੋਲ ਸਕੇਅਰ ਦਾ ਫੋਰਮੂਲਾ ਸੀਗਾ ਉਹ ਕੀ ਕਰਤਾ ਆਪਾਂ ਨੇ ਇਸ 'ਤੇ ਓਪਨ ਕਰਤਾ, ਏ ਮਾਈਨਸ ਬੀ ਪਹਿਲੇ ਦਾ ਸਕੇਅਰ ਹੋ ਗਿਆ। ਠੀਕ ਹੈ, ਪਹਿਲੇ ਦਾ ਸਕੇਅਰ ਪਲੱਸ ਦੂਜੇ ਦਾ ਸਕੇਅਰ -2 AB। ਠੀਕ ਹੈ, -2 AB, 2 ਲਿਖ ਕੇ ਪਹਿਲਾਂ ਏ ਫਿਰ ਬੀ। ਠੀਕ ਹੈ, ਹੁਣ ਉਸ ਤੋਂ ਬਾਅਦ 'ਚ ਕੀ ਕਰਾਂਗੇ ਆਪਾਂ, ਇਹਨਾਂ ਨੂੰ ਸੋਲਵ ਕਰ ਲਾਂਗੇ, ਪਹਿਲਾਂ 9 ਨੂੰ ਐਡ ਕਰ ਦਾਂਗੇ। ਠੀਕ ਹੈ, ਇਹਦੇ ਵਿੱਚ 9 ਨੂੰ 1960,000 ਦੇ ਵਿੱਚ ਜਦੋਂ ਐਡ ਕੀਤਾ ਤਾਂ ਇੰਨਾ ਆ ਜਾਏਗਾ, ਫਿਰ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੀ ਮਲਟੀਪਲਾਈ ਕਰਕੇ ਆਪਣੇ ਕੋਲ 8400 ਰਹਿ ਗਿਆ, 8400 ਨੂੰ ਇਸ 'ਚੋਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਫਾਈਨਲ ਇਸ ਦਾ ਆਂਸਰ ਆ ਜਾਏਗਾ, ਜੋ ਕੀ ਹੈਗਾ ਗਾ 1961,609, ਜਿਹੜਾ ਕੀ ਹੈ ਫਸਟ ਆਪਸ਼ਨ ਆਪਣੇ ਕੋਲ ਕਰੈਕਟ ਹੈਗੀ ਹੈ, ਫਸਟ ਆਪਸ਼ਨ ਇਸ ਦਾ ਕਰੈਕਟ ਆਂਸਰ। ਠੀਕ ਹੈ, ਚਲੋ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂਗੇ ਆਪਾਂ, ਜੋ ਕਿ ਹੈਗਾ ਆਪਣੇ ਕੋਲ ਨੈਕਸਟ ਕੁਐਸਚਨ 66² - 34² ਇਹਦੀ ਵੈਲਿਊ ਦੱਸਣੀ ਹੈਗੀ ਹੈ। ਜੇ ਆਪਾਂ ਡਾਇਰੈਕਟ ਕਰਾਂਗੇ ਔਖਾ ਹੋਏਗਾ, ਟ੍ਰਿਕ ਲਗਾਵਾਂਗੇ, ਫੋਰਮੂਲਾ ਲਗਾਵਾਂਗੇ, ਇਹਨੂੰ ਆਪਾਂ ਟ੍ਰਿਕ ਵੀ ਨਹੀਂ ਬੋਲ ਸਕਦੇ, ਇਹਨੂੰ ਫੋਰਮੂਲਾ ਹੀ ਕਹਿ ਸਕਦੇ ਹਾਂਗੇ। ਠੀਕ ਹੈ, ਵੀ ਫੋਰਮੂਲੇ ਨਾਲ ਸੋਲਵ ਹੁੰਦੇ ਹੈਗੇ। ਆਪਸ਼ਨਸ ਹੈ 3600, 3200, 3146, 2466, ਸਲਿਊਸ਼ਨ ਵੇਖੋ। ਹੁਣ ਆਪਣੇ ਕੋਲ ਆਹ ਚੀਜ਼ ਦਿੱਤੀ ਹੋਈ ਹੈਗੀ। ਠੀਕ ਹੈ, ਹੁਣ ਇਸ 'ਚ ਪਹਿਲਾਂ ਫੋਰਮੂਲਾ ਦੇਖੋ ਕਿਹੜਾ ਫੋਰਮੂਲਾ ਯੂਜ਼ ਹੋਊਗਾ। ਇਹ ਤੁਹਾਨੂੰ ਮੈਂ ਕੱਲ੍ਹ ਵੀ ਫੋਰਮੂਲਾ ਕਰਵਾਇਆ ਸੀਗਾ,
अज सॉरी मैं तुम दसना पहला भुल गया, ए स्क्वेयर माइनस बी स्क्वेयर इज इक्वल टू ए प्लस बी तो ए माइनस बी दे इक्वल होंगे गा। ठीक है हुण इहदे विच जिहड़ा 66 हैगा उहनू ए मान लो, 34 है उहनू बी मान लो। ठीक है जो ये चीज़ा मान लोंगे तो अपने को हैगा ए पहला ए प्लस बी करा फिर ए माइनस बी करा उमें 66 प्लस 34 करता तो 66 माइनस 34 करता। ठीक है हम 66 प्लस 34 100 होंगे, 66 माइनस 34 32 होंगे, सीधा आंसर आजगा 3200। ठीक है कुछ करन दी लोड़ नहीं हैगी, डायरैक्ट इस इसका आंसर आ जाएगा 3200 इज द राइट आंसर। अगे छेवें क्वेश्चन दे मूव कर देंगे, ये की क्या है 106 × 106 माइनस 94 × 94। ठीक है ये की करना है अपने इस भी इन सोल्व भी करना है तो इस भी आप फॉर्मूला ही लगावे। ऑप्शन देख लो 2400, 2009, 1904, 1906। फर्स्ट अपन आवली टर्म दिती भी हैगी, इसनों अपन दो बार है 600 106 दो बार है ना, उन्होंने आप स्केयर करके लिख सकते हैं तो 94 भी दो बार है तो भी अपने स्केयर कर लिया, बिच माइनस उवें हैगी है जोड़ा पहला फॉर्मूला किया ए स्क्वेयर माइनस बी स्क्वेयर कि इक्वल होंगे गा ए प्लस बी तो ए माइनस बी दे। ठीक है तो हूँ आप फॉर्मूला 106 × 94 के उत्ते अपलाई करा तो कि बन जूगा 106 + 94 होंगे 200, 106 − 94 होंगे गा 12, 12 × 200 ना गुणा करा तो कि आंसर आजगा 2400 इसका आंसर। फस्ट ऑप्शन की है अपने को करैक्ट आंसर है। चलो आप अगले क्वेश्चन से मूव करते हैं, इस 107 × 107 प्लस 93 × 93। ठीक है ऑप्शन है अपने को एंड सल्यूशन देखो इसका 107 × 107 93 × 93 एज ए क्वेश्चन। हूँ 107 दो बार से उन्होंने स्केयर करता तो 93 भी दो बार से उसका भी स्केयर करता। ठीक है हूँ 107 अपने को 100 + 100 + 7 का स्केयर लिख सकते हैं ना। ठीक है तो 93 × 100 − 7 का स्केयर लिख सकते हैं। ठीक है इतों तक क्लीयर हैगा। अगे नैक्सट हूँ की करा आप फस्ट के फॉर्मूला लगावे, पहला इन्नी इन्नी टर्म से फॉर्मूला लगावे ए प्लस बी का वो आह आह खुल जाएगा, फस्ट का स्केयर सैकेंड का मतलब 100 का स्केयर 7 का स्केयर 2ab। ठीक है उस तो बाद प्लस आजगा फिर आप दूसरे से लगावे पहले का स्केयर दूजे का स्केयर, इस माइनस वाला लगेगा फॉर्मूला ध्यान रखना। ठीक है इतने माइनस आजगी 2 के अगे तो 200 × 7। ठीक है 100 × 7। ठीक है उस तो बाद हुण इहनूं ध्यान नाल देखो, इहदे विच अपने को रह जूगा 2 मिनट रुको, हाँ जी आ देखो इस अपने को आ चीज़ किवें रही हैगी है, आ जिहड़ी चीज़ हैगी उह किवें रहेगी देखो, आ जिहड़ी चीज़ हैगी आह जिहड़ी मैं अंडरलाइन कर रहा गा इह ते आह दोवें की हैगे है सेम हैगी है जिहड़ी मैं दोनों अंडरलाइन की दोनों की हैगी है सेम हैगी है तां करके आह जिहड़ी चीज़ हैगी है ते आह चीज़ है सेम हैगी है। इत्थे जिहड़ा साइन हैगा प्लस का इत्थे जिहड़ा साइन हैगा वह माइनस का तो दोनों एक दूजे नाल की हो जाणगीआं इह कट हो जाएंगे इनू आप कट कर देंगे। इधर अपने को 10,000 से इधर भी 10,000 से वह की बन जूगा 20,000, इधर भी 49 से इधर भी 49 से वह की बन जूगा 98। ठीक है हूँ 20,098 ऐड किए तो अपने को आजगा 20,098 आंसर आजगा। ठीक है 20,098 इज़ द करैक्ट आंसर जो इधर अपने को तीजी ऑप्शन के हैगा। उस तो अगे देखो अपन पहला अगला कंसैप्ट पढ़न तो पहला कुछ अपन फॉर्मूलेज देखने पैणगे। ठीक है ये फॉर्मूले बहुत इंपोर्टेंट है तो जो पहले करवाए थे वह भी की है बहुत इंपोर्टेंट है फॉर्मूलेस। ठीक है इन्हों ध्यान समझो तो इन नोटबुक से कित भी नोट करके रख लियो। इतने की है अपने को a³ + b³ की है a³ + b³ जो इन खोलेंगे की आंसर आऊगा अपने को a² b² - ab। ठीक है a² b² - ab ना देखो a³ + b³ a² b² - ab। ठीक है याद रखना है इसनों a³ - b³ a - b a² b² ये बस एक दूजे तो ओपोजिट है जो तो ए प्लस हो इतें भी प्लस आऊगा तो इतने उदो माइनस आजगा। ठीक है जो ये माइनस होदों इतने माइनस आजगा तो इतने प्लस आजगा। ठीक है बस ऐ याद रखना है। ठीक है
चलो आई होप थोनू ये फॉर्मूले समझ आ गए होंगे। ठीक है, वैसे इन्हें समझने वाले तो कुछ है नहीं सी, वैसे इन्होंने याद ही करना पूगा एक बार जो अपने अगर सम सोल्व करने है रिगार्डिंग। ठीक है, तो हूँ देखो आपां नूं पूरी टर्म दिती भी हैगी है, ये इक्वल आपां ने फाइंड करना भी किहदे इक्वल होएगी। जे हुण तुसीं इहनूं सीधा सोल्व करोगे वेख लो 400 735 हैगा अपने कोल। दो मिनट रुको, सात सौ अपने कोल की हैगा गा 35 हैगा इहदे विच, तां 735 नूं 3 वार गुणा करोगे। ठीक है, तो बहुत वड्डी रकम बन जाएगी अपने को, 105 नूं भी 3 वार करोगे तो टाइम भी इस बहुत लगेगा। ठीक है, तो तां करके आपां इहनूं शोर्ट ट्रिक दे नाल करांगे। वो जो अपने को शोर्ट ट्रिक है जां फॉर्मूला कह सकते होंगे उसनूं, वो देखते हैं अपने कोल की हैगा गा आ जिहड़ा अपने कोल इहदियां ऑप्शनस हैगियां। ठीक है, नैक्सट वेखो हुण आपां की है लैट करांगे। लैट जिहड़ा अपने कोल 700 इच दो तरह दी अपने कोल रकम है, एक 735 है, एक 105 हैगा गा। जिहड़ा 735 हैगा गा उहनूं आपां लैट कर लांगे ए, ते जिहड़ा 105 आ उहनूं लैट कर लांगे बी। हुण जिथे इत्थे 735 आ उत्थे ए पुट कर दांगे, जिथे इत्थे 105 आ उत्थे बी पुट कर दांगे। देखो जिथे इत्थे 735 सी उत्थे उत्थे ए पुट करता, ए ए ए माइनस बी बी बी, नीचे ए ए प्लस ए बी प्लस बी बी। ठीक है, हुण जो आपां इन्हां नूं खोल के लिखांगे तो अपने कोल आ ए उपर 3 वार सी तां ए क्यूब बन गया, माइनस बी 3 वार सी बी क्यूब बन गया। ठीक है, नीचे ए स्केयर ए बी ते बी स्केयर। ठीक है, हुण जो इज इक्वल टू, तो इधर देखांगे आ देखो आ चीज़ कह रहे मैं तुहानूं सारी। ठीक है, इत्थे ए क्यूब सीगा, इत्थे ए क्यूब बन 3 वार सीगे ए क्यूब बन गया, 3 बी बी 3 वार सी बी क्यूब बन गया, ए इत्थे स्केयर बन गया, ए बी बन गया इत्थे। ठीक है, इत्थे बी 2 वार सी बी स्केयर बन गया। ठीक है, हाँ हुण अगे देखो की किया गया इस च, अगे हुण आ चीज़ का जिहड़ा सारा फॉर्मूला लाया जिहड़ा आपां हुणे पिछे पढ़िया हैगा गा। ठीक है, आ चीज़ का ए क्यूब माइनस बी क्यूब, इहदा की फॉर्मूला पढ़िया सीगा आपां ने, ए क्यूब माइनस बी क्यूब का की सीगा ए माइनस बी। ठीक है, तो ए स्केयर प्लस बी स्केयर प्लस सॉरी ए बी। ठीक है, आ फॉर्मूला पढ़िया सी, ये अपने इत्थे लिखता। हुण देखो जिहड़ी नीचे अपने कोल चीज़ बनी है ते जिहड़ी आ इत्थे अपने कोल आवली चीज़ बनी हैगी है। ठीक है, दोनों सेम है ना, ये की हो जाएंगे आपस च कैंसल हो जाएंगे, की हो जाएंगे आपस च ये कैंसल हो जाएंगे, तो अपने कोल एंड ते की बच जूगा। दो मिनट रुको, आ जिहड़ी चीज़ है ते ये दोनों एक सेम है, कैंसल हो जाएंगे, तो एंड ते अपने कोल बच जूगा कल्ला ए माइनस बी बच जूगा। ठीक है, तो ए की जगह पर आपने ए की वैल्यू पुट करती 735, बी की जगह पर बी की वैल्यू पुट करती, जब आप इन्हों माइनस करेंगे तो 630 अपने को आंसर आ जाओ, जो फर्स्ट ऑप्शन हैगी अपने को करैक्ट हैगी है। ठीक है, जो कि हैगी है फर्स्ट ऑप्शन अपने को करैक्ट हैगी है। चलो आप अगला ये नाल दा एक होर सम देखते हैं, तो नाले वो अपना लास्ट सम है इस वीडियो का। ठीक है, जो तुम हजे भी वीडियो लाइक नहीं किया तो प्लीज़ वीडियो लाइक कर दो एंड शेयर कर दो। ये लास्ट सम के देखते हैं, ये भी वो नाल ही है, बट थोड़ी जी ये चेंज है फॉर्मूला, इस उस आपने उपर लाया से इस नीचे लगेगा। ठीक है, इस भी बस सारा कुछ सेम है, आ सारी टर्म को सोल्व करना है गा, ऑप्शनस देख लो इस दया, इस भी लैट कर लिया जरा 680 है गा, वह अपने ए लैट कर लिया, 320 बी लैट कर लिया। ठीक है, जिथे इतने 680 उत्थे उत्थे ए पुट करता, जिथे इतने 320 उत्थे बी पुट करता। ठीक है, इस भी बन जाएगा उपर अपने को फॉर्मूला बन जाएगा ए स्केयर प्लस बी स्केयर माइनस उपर बन गया ए स्केयर प्लस बी स्केयर माइनस ए बी। ठीक है, कि बन गया अपने को फॉर्मूला ए स्केयर बी स्केयर माइनस ए बी, नीचे सीगा ए क्यूब प्लस बी क्यूब। ठीक है, जो नीचे वाला आपने फॉर्मूला खोलिया, दो मिनट रुको, जो अपने आह नीचे वाला आला नीचे जोड़ा सीगा इन फॉर्मूले खोलिया। ठीक है, तो उपर वाली जी चीज़ से आह सारी चीज़ तो आह सारी चीज़ की हो गई कैंसल हो गई, नीचे कला की रह गया अपने को 1/a+b रह गया, नीचे 1/a+b रह गया। तो हुण जो ए की वैल्यू 680 सी वह पुट करती, बी की वैल्यू 320 सी वह पुट करती, तो अपने को जो आंसर बन जूगा 1/1000 बन जूगा। ठीक है, 1/1000 जो अपने को सैकेंड ऑप्शन हैगी है वह करैक्ट हैगी है। सो इस अपने को दो फॉर्मूले अपने जो कि कवर किया है अज की वीडियो में। ठीक है, तो इस नाल अपनी अज की वीडियो समाप्त होंगी है, ये वीडियो में आप
ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਐਂਡ ਵੀਡੀਓ ਜੇ ਹੈਲਪਫੁਲ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਐਂਡ ਜਿਹੜੇ ਵਿਦਿਆਰਥੀਆਂ ਨੇ ਹਜੇ ਵੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਵੀ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਐਂਡ ਜੇ ਤੁਸੀਂ ਸਾਡੇ ਟੈਲੀਗ੍ਰਾਮ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ 'ਤੇ ਕਲਿੱਕ ਕਰਕੇ ਉੱਥੇ ਵੀ ਜੁਆਇਨ ਕਰ ਸਕਦੇ ਹੋ ਤਾਂ ਅੱਜ ਦੀ ਵੀਡੀਓ ਕਰਦੇ ਹਾਂ ਇੱਥੇ ਖਤਮ ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਥੈਂਕ ਯੂ।